तन तन बाबा दीप सिंह जी। सत श्री अकाल जी सारिआं नूं, मैं रमनप्रीत सिंह लेके आया एक नवा यूट्यूब चैनल जी आर वर्जन। सो इहदे ते असीं तुहानूं दिखावांगे ऑटोमोबाइल्स बारे प्रॉपर इनफॉर्मेटिव व्लॉग्स होया करनगे। होप तुहानूं व्लॉग पसंद आणगे। साडे नाल जुड़े रहो, सानूं तुहाडी सपोर्ट की लोड़ आ, ते मिलदे आ तुहानूं व्लॉग दे नाल। सो गाइज, अज आपां आए हां दुआ आर्ट्स ते। तुसीं PPF कोटिंग तां बथेरी देखी होनी है, बट ओह एक्सटीरियर ते देखी होनी है कार दी, ते अज असीं तुहानूं दिखावांगे इंटीरियर PPF ਕਿਵੇਂ ਆਪਾਂ ਇੰਟੀਰੀਅਰ ਜਿਹੜਾ ਹੁੰਦਾ ਆਪਣੇ ਸਕਰੈਚ ਪਰੂਫ ਕਿਵੇਂ ਕਰ ਸਕਦੇ ਹਾਂ ਆਪਾਂ ਉਹਨਾਂ ਨੂੰ। ਆਪਣੇ ਬਹੁਤ ਸਕਰੈਚਿਸ ਹੁੰਦੇ ਨੇ, ਸਟੀਅਰਿੰਗ ਹੋ ਗਿਆ, ਆਪਣੀ ਸਕਰੀਨ ਹੋ ਗਈ, ਅੱਜ ਕੱਲ੍ਹ ਤਾਂ ਸ਼ਾਈਨਿੰਗ ਬਹੁਤ ਕੁਛ ਆਉਂਦਾ ਇੰਟੀਰੀਅਰ ਦੇ ਵਿੱਚ। ਸੋ ਉਹਨੂੰ ਆਪਾਂ ਕਿਵੇਂ ਪ੍ਰੋਟੈਕਟ ਕਰ ਸਕਦੇ ਹਾਂ, ਅੱਜ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ, ਅਤੇ ਬਾਈ ਹੁਣਾਂ ਨਾਲ ਮਿਲਾਵਾਂਗੇ ਦੂ ਆਰਟਸ ਉਹਨਾਂ ਨਾਲ। ਸੋ ਆਓ ਤੁਹਾਨੂੰ ਮਿਲਾਈਏ ਦੂ ਆਰਟਸ ਦੇ ਓਨਰ ਨਾਲ। ਕੀ ਹਾਲ ਨੇ ਭਾਅ ਜੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣਾਓ? ਵਧੀਆ ਜੀ, ਤੁਸੀਂ ਸੁਣਾਓ? ਸੋ ਭਾਅ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਭਾਅ ਜੀ। ਮੇਰਾ ਨਾਮ ਸੋਨੂ ਦੂਆ। ਅਸੀਂ ਇਸ ਬਿਜ਼ਨਸ ਵਿੱਚ 20 ਸਾਲ ਤੋਂ ਅਸੀਂ ਰੈਗੂਲਰ ਆਪਣੀ ਕੰਮ ਕਰ ਰਹੇ ਹਾਂ। ਅੱਛਾ ਭਾਅ ਜੀ, ਆਪਣਾ ਮੇਨ ਸਪੈਸੀਫਿਕ ਆਪਾਂ ਕੀ ਕਰਦੇ ਹਾਂ, ਮੇਨ ਆਪਾਂ ਕੀ ਚ ਮਸ਼ਹੂਰ ਵੀ? ਇਸ ਟਾਈਮ ਰਾਈਟ ਨਾਓ ਤਾਂ ਅਸੀਂ ਜਿਹੜੀ ਕਿ ਪਬਲਿਕ ਡਿਮਾਂਡ ਦੇ ਹਿਸਾਬ ਨਾਲ, ਅਸੀਂ ਜਿਵੇਂ PPF ਤੁਸੀਂ ਸੁਣਿਆ ਹੀ ਹੋਏਗਾ, ਪੇਂਟ ਪ੍ਰੋਡਕਸ਼ਨ ਫਿਲਮ, ਜੋ ਕਿ ਕਾਰ ਦੇ ਇੰਟੀਰੀਅਰ ਨੂੰ ਅਸੀਂ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ, ਕਿਉਂਕਿ ਜਿਵੇਂ ਕਿ ਕਾਰ ਲੋਕ ਜਦ ਬਾਹਰੋਂ ਦਾ ਪ੍ਰੋਡਕਟ ਹੋ ਰਿਹਾ, ਲੇਕਿਨ ਕਾਰ ਦੇ ਅਸਲ ਮਾਇਨੇ 'ਚ ਜਿਹੜੇ ਲੋਕਾਂ ਦੇ ਜਿੱਥੇ ਯੂਜ਼ ਹੋ ਰਿਹਾ, ਉਹ ਯੂਜ਼ ਕਰਨ, ਮਤਲਬ ਉਹਨੂੰ ਸੇਫਟੀ ਦੇਣ ਲਈ ਅਸੀਂ ਉਹ PPF ਪ੍ਰੋਡਕਸ਼ਨ ਫਿਲਮ ਦੀ ਯਾਨੀ ਪ੍ਰੀ ਕਟ ਦੇ ਵਿੱਚ ਕਰ ਰਹੇ ਹਾਂ, ਯਾਨੀ ਕਿ ਜਿਹਦੇ 'ਚ ਕੋਈ ਕਟ ਨਹੀਂ ਯੂਜ਼ ਹੁੰਦਾ। ਤੁਹਾਨੂੰ ਡਿਸਕ੍ਰਿਪਸ਼ਨ 'ਚ ਤੁਸੀਂ ਵੀਡੀਓ ਸ਼ੇਅਰ ਕਰ ਹੀ ਦਿਓਗੇ, ਠੀਕ ਹੈ? ਉਹਦੇ ਨਾਲ ਤੁਹਾਨੂੰ ਕੀ ਹੈ ਕਿ ਜਿਵੇਂ ਤੁਸੀਂ ਦੇਖਦੇ ਹੋ ਇੰਟੀਰੀਅਰ ਦੇ ਵਿੱਚ ਜ਼ਿਆਦਾਤਰ ਵੱਡੀਆਂ ਕਾਰਾਂ ਦੇ ਵਿੱਚ ਮੈਂ ਸੈਂਟਰ ਜਿਹੜਾ ਕੰਸੋਲ ਹੁੰਦਾ, ਸਾਰੇ ਫਰੰਟ ਹੁੰਦਾ, ਜਿੱਥੇ ਹੈਂਡ ਯੂਜ਼ ਕਰਦੇ ਆ ਸਟੀਅਰਿੰਗ ਦੇ ਵਿੱਚ ਹੁੰਦੇ ਪਾਰਟਸ, ਉਹਦੇ 'ਚ ਸਕ੍ਰੈਚਸ ਪੈ ਜਾਂਦੇ ਨੇ ਕਾਫੀ, ਜੋ ਕਿ ਆਪਾਂ ਸਕ੍ਰੈਚ ਹੁਣ ਉਹਨੂੰ ਕਿਵੇਂ ਬਾਰ ਬਾਰ ਆਪਾਂ ਉਹਨੂੰ ਪਾਰਟਸ ਤਾਂ ਪਵਾ ਨਹੀਂ ਸਕਦੇ ਇੰਟੀਰੀਅਰ, ਆਊਟਰ ਤਾਂ ਆਪਾਂ ਪਵਾ ਲੈਂਦੇ ਹਾਂ, ਲੇਕਿਨ ਇੰਟੀਰੀਅਰ ਦੇ ਵਿੱਚ ਆਪਾਂ ਕੁਛ ਵੀ ਨਹੀਂ ਕਰ ਪਾਉਂਦੇ। ਸੋ ਜਾਂ ਤਾਂ ਆਪਾਂ ਉਹਨੂੰ ਬਲੈਕ ਟੇਪ ਕਰਦੇ ਹਾਂ ਜਾਂ ਕੋਈ ਹੋਰ ਟੇਪ ਕਰਦੇ ਹਾਂ। ਆਪਾਂ ਸਟਾਰਟਿੰਗ, ਤੁਹਾਡੀ ਕੋਈ ਨਿਊ ਕਾਰ ਹੈ ਤਾਂ ਤੁਸੀਂ ਉਹਨੂੰ ਸੇਫ ਪ੍ਰੋਪਰ, ਅਗਰ ਜੇ ਸਟਾਰਟਿੰਗ ਡੇ ਟੂ ਡੇ 1 ਤੋਂ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਕੋਲ ਆਓ, ਤੁਹਾਡੇ ਕੋਲ PPF ਪ੍ਰੋਪਰ ਪ੍ਰੀ ਕਿਟ ਦੇ ਵਿੱਚ ਮਿਲੇਗਾ, ਸਾਡੇ ਕੋਲ ਫੋਰਚੂਨਰ, ਇੰਡੈਵਰ, ਮਰਸਡੀਜ਼, ਜਿਹੜੀ ਵੀ ਤੁਸੀਂ ਕਾਰ ਲੈ ਕੇ ਆਓਗੇ ਤੁਹਾਡੇ ਕੋਲ ਇੱਕ ਪ੍ਰੋਪਰ ਫੁੱਲ ਸੈਟਿਸਫੈਕਸ਼ਨ ਹੋਏਗੀ। ਜਨ ਅਗਰ ਤੁਹਾਨੂੰ ਪਤਾ ਫੀਲ ਹੋਏਗਾ ਦੈਨ ਤੁਸੀਂ ਆਪਣਾ ਕੈਰੀਅਰ ਅੱਗੇ ਫੋਰਵਰਡ ਕਰ ਸਕਦੇ। ਸੋ ਬੇਸਿਕਲੀ ਵੀਰੇ ਉਹਨਾਂ ਨੇ ਇੰਟੀਰੀਅਰ ਕਰਦੇ, ਆਪਾਂ ਐਕਸਟੀਰੀਅਰ ਵਾਲੇ ਤਾਂ PPF ਕੋਟਿੰਗ ਵਾਲੇ ਬਥੇਰੇ ਦੇਖੇ ਨੇ, ਬਟ ਇੰਡੀਆ 'ਚ ਇੱਕੋ ਹੀ ਬਾਈ ਨੇ ਆਥੋਰਾਈਜ਼ ਨੇ ਜਿਹੜੇ PPF ਕਰਦੇ ਨੇ ਇੰਟੀਰੀਅਰ ਦਾ। ਸੋ ਵੀਰੇ ਨੇ ਜੀਵੈਗਨ ਵੀ ਮੈਂ ਸੁਣਿਆ ਤੁਸੀਂ ਕੀਤੀ? ਜੀਵੈਗਨ ਜੀ, ਪਰਮੇਸ਼ ਵਰਮਾ ਦੀ, ਅਸੀਂ ਪਰਮੇਸ਼ ਵਰਮਾ ਦੀ ਭਾਜੀ ਦੀ ਕੀਤੀ ਹੋਈ, ਆਪਾਂ ਉਹਨਾਂ ਦੀ ਵੀ ਪਰਮੇਸ਼ ਵਰਮਾ ਦੀ ਭਾਜੀ ਦੀ ਵੀ ਕੀਤੀ ਹੋਈ ਹੈ, ਔਰ ਹੋਰਾਂ ਦੀ ਵੀ ਕੀਤੀ ਹੋਈ ਹੈ ਕਾਫੀ, ਉਹਨਾਂ ਦੀ ਵੀ, ਮਤਲਬ ਤੁਸੀਂ ਸਾਨੂੰ ਭੇਜਾਂਗੇ ਤੁਹਾਨੂੰ ਪਰਮੇਸ਼ ਵਰਮਾ ਭਾਜੀ ਦੀ ਵੀ, ਉਹਨਾਂ ਦੀ ਵੀ। ਸੋ ਇੱਥੇ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਪਰਮੇਸ਼ ਵੀਰੇ ਉਹਨਾਂ ਨੇ ਇਹਨਾਂ ਨੂੰ ਕੰਟੈਕਟ ਕੀਤਾ, ਕੋਈ ਨਾ ਕੋਈ ਰੀਜ਼ਨ ਹੋਊਗੀ, ਕਿਉਂਕਿ ਪੰਜਾਬ 'ਚ ਨਹੀਂ ਪੂਰੇ ਇੰਡੀਆ 'ਚ ਸਿਰਫ ਇੱਕੋ ਹੀ ਆ ਬਾਈ ਉਹਨੀ ਨੇ ਜਿਹੜੇ ਇੰਟੀਰੀਅਰ ਦੀ ਕੋਟਿੰਗ ਕਰਦੇ ਨੇ। ਹੋਰ ਵੀਰੇ ਆਪਾਂ ਕੀ ਕੀ ਸਰਵਿਸ ਪ੍ਰੋਵਾਈਡ ਕਰਦੇ ਹਾਂ? ਸਰ ਅਸੀਂ ਨੰਬਰ ਪਲੇਟਸ ਹੈ, ਸਟਿੱਕਰਸ ਨੇ, ਜਿਵੇਂ ਦਫ਼ਤਰ ਦੇ ਵਿੱਚ ਫਿਲਮ ਕਰਨੀ ਹੈ, ਘਰਾਂ ਦੇ ਵਿੱਚ ਫਿਲਮ ਹੁੰਦੀ ਹੈ, ਫਰੋਸਟਡ ਫਿਲਮ ਹੁੰਦੀ ਹੈ, ਜਿਵੇਂ ਤੁਸੀਂ ਆਪਣੇ ਕੋਲ ਜਿਵੇਂ ਮੈਗਵਾਰਸ ਬ੍ਰਾਂਡ ਦੀ ਪੋਲਿਸ਼ ਕਾਫੀ ਨੇ, ਪਰਫਿਊਮ ਵਗੈਰਾ ਬ੍ਰਾਂਡ ਦੇ ਵਿੱਚ ਆ ਜਾਂਦਾ ਆਪਣੇ ਕੋਲ, ਜੈਪਨੀਜ਼ ਮਾਲ ਹੈ, ਜਿਵੇਂ ਤੁਸੀਂ ਕੋਈ ਵੀ ਬ੍ਰਾਂਡ ਦਾ ਮਾਲ ਲੈ ਸਕਦੇ ਹੋ, ਜਿਵੇਂ ਓਮਨੀਬੈਸ ਗਲੇਅਰ, ਇਹ ਜੈਪਨੀਜ਼ ਦਾ ਸਾਰਾ, ਤੁਸੀਂ ਆਹ ਦੇਖ ਸਕਦੇ ਹੋ, ਆਹ ਸਾਰਾ ਆਪਣੇ ਕੋਲ ਕਾਫੀ ਰੇਂਜ ਹੈ। ਓਕੇ, ਕਾਫੀ ਰੇਂਜ ਦੇ ਵਿੱਚ ਹੁਣ ਤੁਸੀਂ ਆਹ ਦੇਖ ਸਕਦੇ ਹੋ, ਇਹਨਾਂ ਪ੍ਰੋਡਕਟ ਦੀ ਕੁਆਲਿਟੀ ਦੀ ਲੁੱਕ ਵੀ ਦੇਖ ਲੈ ਸਕਦੇ ਹੋ, ਕਾਫੀ ਵਧੀਆ ਆਏਗੀ। ਹਾਂਜੀ ਹਾਂਜੀ, ਇਹ ਤਾਂ ਕਾਫੀ ਵਧੀਆ। ਇਹ ਭਾਅ ਜੀ ਕਿੱਥੇ ਕਾਰ ਦਾ ਪਰਫਿਊਮ ਹੋ ਗਿਆ ਬੇਸਿਕਲੀ? ਜੀ, ਬੇਸਿਕ ਕਾਰ ਬਲ ਤੁਸੀਂ ਕਿਤੇ ਵੀ ਯੂਜ਼ ਰੱਖ ਸਕਦੇ, ਤੁਸੀਂ ਹੋਮ ਦੇ ਵਿੱਚ ਵੀ ਰੂਜ਼ ਰੰਗ ਤਾਂ ਵੀ ਯੂਜ਼, ਕੋਈ ਦਿੱਕਤ ਨਹੀਂ ਹੈ। ਇਹ ਬੇਸਿਕ ਤੁਸੀਂ ਆਨਲਾਈਨ ਸਰਚ ਕਰੋਗੇ, ਇਹਦੀ MRP ਉੱਥੇ 1750 ਰੁਪਏ, ਬਟ ਸਾਡਾ ਰੇਟ ਕਾਫੀ ਘੱਟ ਹੋਏਗਾ, ਜਿਵੇਂ ਹੁਣ ਭਾਅ ਜੀ ਆਏ ਨੇ ਸਾਡੇ ਕੋਲ, ਤੁਸੀਂ ਇਹਨਾਂ ਦਾ ਨਾਂ ਲਓ, ਇਹਨਾਂ ਦਾ ਆਪਣਾ ਰੈਫਰੈਂਸ ਮਿਲ ਜਾਏਗਾ, ਆਪਾਂ ਕਾਫੀ ਨਾਮ ਤੇ ਵਧੀਆ ਆਫਰ ਮਿਲਣਗੇ ਭਾਈ ਉਹਨਾਂ ਦੇ ਕੋਲ। ਜੀ, ਤੇ ਹੋਰ ਵੀਰੇ ਜਿਵੇਂ ਆਪਾਂ ਘਰ ਦੇ ਸਾਰੇ ਹੀ ਘਰ ਦੀ ਨੇਮ ਪਲੇਟਸ ਹੋ ਗਈ, ਆਫਿਸ ਪਲੇਟਸ ਹੋ ਗਈਆਂ, ਬੇਸਿਕ ਅਸੀਂ ਕੰਮ ਦੇ ਵਿੱਚ ਤੁਸੀਂ ਕੁਛ ਵੀ ਟੇਪਿੰਗ ਦੇ ਵਿੱਚ ਤੁਸੀਂ ਕੁਛ ਵੀ ਕਰਵਾਉਣਾ ਹੋਵੇ, ਗਿਫਟ ਆਈਟਮ ਵੀ ਕੁਛ ਵੀ, ਜੇ ਤੁਹਾਡੇ ਦਿਮਾਗ ਵਿੱਚ ਕੁਛ ਵੀ ਆਈਡੀਆ ਤੁਸੀਂ ਸਾਡੇ ਕੋਲ ਲੈ ਕੇ ਆਓ, ਰਲ ਮਿਲ ਕੇ ਸਾਰਾ ਕੁਝ ਕਰੀਏ, ਬਸ ਸਾਰਾ ਕੁਝ ਸਾਰੇ ਪਾਸੇ ਬਤਾ ਰਹੇ ਨੇ ਬੇਸਿਕਲੀ। ਬੇਸਿਕ ਬੋਰਡ ਹੋ ਗਿਆ ਜੀ, LED ਬੋਰਡਸ ਹੋ ਗਏ, ਬੇਸਿਕ ਤੁਸੀਂ ਕੁਆਲਿਟੀ ਵਾਈਜ਼ ਜੋ ਵੀ ਕੰਮ ਕਰਨਾ ਚਾਹੁੰਦੇ। ਹੁਣ ਤੁਸੀਂ ਆ ਦੇਖੋ, ਤੁਸੀਂ ਹੁਣ ਥੋੜੀ ਦੇਰ ਪਹਿਲਾਂ ਹੀ ਸੀ ਅਸੀਂ ਕਾਰ ਕੀਤੀ ਹੈ, ਹਾਂਜੀ ਸਕੋਰਪੀਓ, ਠੀਕ ਹੈ? ਉਹਦੇ ਪ੍ਰੀ ਕਟ ਦੇਖੋ, ਆ ਪ੍ਰੀ ਕਟਸ ਹੈ, ਹਾਂਜੀ ਹਾਂਜੀ, ਇਹ ਡਿਜ਼ਾਈਨ ਹੈ, ਹੁਣ ਇਹਦੇ ਵਿੱਚ ਕੋਈ ਕਟਿੰਗ ਕਟਰ ਕਿਤੇ ਵੀ ਨਹੀਂ ਚੱਲਣਾ, ਸਿਰ ਡਾਈ ਟੂ ਡਾਈ ਕੰਮ ਹੋਣਾ। ਸੋ ਇਦਾਂ ਹੀ ਇਹ ਬੇਸਿਕਲੀ ਡਾਈ ਬਣ ਜਾਂਦੀ ਹੈ ਇੱਕ, ਉਹਦੇ 'ਚ ਇਹ ਨਹੀਂ ਹੈਗਾ ਤੁਹਾਡਾ ਕਟਰ ਯੂਜ਼ ਕੀਤਾ ਕੁਤੇ ਸਕਰੈਚ ਪੈ ਗਿਆ, ਇੱਦਾਂ ਦਾ ਕੁਛ ਨਹੀਂ, ਉਹ ਕਟਿੰਗ ਆਣੀ ਹੈ, ਜਿਵੇਂ ਆਪਣੇ ਆਈਫੋਨ ਦੇ ਲਾ ਲਓ ਹੈ ਨਾ, ਆਪਣੇ ਆਉਂਦੇ ਨੇ ਸਕਰੀਨ ਕਵਰ ਹੁੰਦੇ ਨੇ, ਰਾਈਟ, ਪ੍ਰੋਟੈਕਸ਼ਨ ਹੁੰਦੀ ਹੈ, ਸਕਰੀਨ ਪ੍ਰੋਟੈਕਸ਼ਨ ਹੁੰਦੀ ਹੈ, ਉਵੇਂ ਗਲਾਸ ਗਾਰਡ ਆਉਂਦੇ ਨੇ, ਉੱਦਾਂ ਹੀ ਲੱਗ ਜਾਂਦੇ ਨੇ, ਸੇਮ ਇਹਦੇ ਵਿੱਚ PPF ਦੇ ਵਿੱਚ ਵੀ ਸੇਮ ਹੀ ਆ। ਤੇ ਭਾਅ ਜੀ ਆਪਣੀ ਕੁਆਲਿਟੀ ਕਿਹੜੀ ਹੁੰਦੀ ਹੈ PPF ਦੀ? ਸਤੀਪ ਅਮਰੀਕਨ ਬ੍ਰੈਡਸ ਗਲੋਸੀ ਹੁੰਦੀ ਹੈ ਉਹਦੇ 'ਚ, ਜੇ ਅਕੋਰਡਿੰਗ ਟੂ ਪਾਰਟਸ, ਜੇ ਮੈਟ ਹੈ ਤਾਂ ਮੈਟ ਉਹਨੂੰ ਮੈਟ ਕੀਤਾ ਜਾਂਦਾ, ਜੇ ਗਲੋਸੀ ਹੈ ਤਾਂ ਉਹਨੂੰ ਗਲੋਸੀ ਪਾਰਟਸ ਕਰਦੇ ਆ, ਜਿਵੇਂ ਸਕੋਰਪੀਓ ਦੀ ਗਲੋਸੀ ਸੀ, ਉਹਦੇ 'ਚ ਆਪਾਂ ਗਲੋਸ
ਸੋ ਜਿਵੇਂ ਮੋਬਾਈਲਸ ਦੇ ਗਾਰਡ ਆਉਂਦੇ ਨੇ ਨਾ ਉਵੇਂ ਆਪਣੇ ਜਿਵੇਂ ਸਕਰੀਨ ਹੁੰਦੀ ਹੈ ਜਿਹੜੀ ਗੱਡੀ 'ਚ ਲੱਗੀ ਹੁੰਦੀ ਆ ਉਹਨਾਂ ਦੇ ਗਾਰਡ ਵੀ ਆਉਂਦੇ ਨੇ ਅਤੇ ਮੇਰੇ ਕੋਲ ਸਾਰੀਆਂ ਵਰਾਇਟੀਆਂ ਪਈਆਂ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਦੱਸੋ ਇਹਦੇ ਬਾਰੇ ਤੁਸੀਂ ਕਿਵੇਂ ਕਹਿੰਦੇ ਸਰ ਤੁਸੀਂ ਆਹ ਦੇਖ ਸਕਦੇ ਹੋ ਜਿਵੇਂ ਹੁਣ ਆਹ ਮਾਡਲ ਹੈ ਕ੍ਰੇਟਾ 2020 ਯਾਨੀ ਕਿ ਸਾਡੇ ਕੋਲ ਕ੍ਰੇਟਾ 2020 ਦੇ ਹਿਸਾਬ ਨਾਲ ਪ੍ਰੋਪਰ ਉਹਦੇ ਕਟਿੰਗ ਦੇ ਹਿਸਾਬ ਨਾਲ ਪ੍ਰੋਪਰ ਉਹਦੀ ਡਾਈ ਦੇ ਹਿਸਾਬ ਨਾਲ ਸੋਨੇਟ ਦਾ ਆ ਗਿਆ 8 inches ਸੋਨੇਟ ਦੇ ਵਿੱਚ 10 inch ਵੀ ਆਏਗਾ ਜਿਵੇਂ XUV 300 ਤੁਸੀਂ ਜਿਹੜੀ ਕਾਰ ਦੇਖੋਗੇ ਵੈਨਿਊ ਤੁਸੀਂ ਵੈਨਿਊ ਆਹ ਦੇਖ ਲਓ ਜੀ ਜਿਵੇਂ ਸਪੋਜ਼ ਹੁਣ ਜਿਵੇਂ ਇੰਡੈਵਰ ਹੈ ਇੰਡੈਵਰ ਦਾ ਅਲੱਗ ਆ ਗਿਆ ਜੀ ਜਿਵੇਂ ਹੁਣ ਇਨੋਵਾ ਕ੍ਰਿਸਟਾ ਦਾ ਅਲੱਗ ਆ ਗਿਆ ਸਾਰੇ ਮੇਰੇ ਹਿਸਾਬ ਨਾਲ ਤਾਂ ਦੇਖੋ ਜੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਆਪਣੇ ਕੋਲ ਮਾਡਲ ਹੋ ਸਕਣ ਅਵੇਲੇਬਲ ਕਰਾਉਣ ਦੇ ਆਪਾਂ ਉਹ ਰੱਖੇ ਹੋਏ ਨੇ ਜੀ ਸੋ ਬੇਸਿਕਲੀ ਤੁਸੀਂ ਆਪਣੀ ਗੱਡੀ ਲੈ ਕੇ ਆਉਣੀ ਆ ਅਤੇ ਮੇਰੇ ਕੋਲ ਟੇਪਿੰਗ ਇੰਟੀਰੀਅਰ ਦੇ ਵਿੱਚ ਤੁਸੀਂ ਆਪਣਾ PPF ਕਰਾਓ ਸਕਰੀਨ ਗਾਰਡ ਲਗਾਓ ਇੰਟੀਰੀਅਰ ਦੇ ਵਿੱਚ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ ਕਿ ਤੁਹਾਡੇ ਇੰਟੀਰੀਅਰ ਪ੍ਰੋਪਰ ਪ੍ਰੋਟੈਕਟ ਹੋਊਗਾ ਬਾਈ ਉਹਨਾਂ ਕੋਲ ਆਓ ਵੀਰੇ ਨੇ ਵੀਰੇ ਟਾਈਮ ਕਿੰਨਾ ਲੱਗੂਗਾ ਆਪਾਂ ਨੂੰ ਸਾਰਾ ਕਰਨ ਲਈ ਦੇਖੋ ਟਾਈਮ ਅਸੀਂ ਅਗਰ ਜੇ ਸੈਟੀਸਫੈਕਸ਼ਨ ਲੈਵਲ ਲੈਣਾ ਤੇ ਸਾਡੇ ਕੋਲ ਅਸੀਂ ਟਾਈਮ ਲੈਵਲ ਸਾਡਾ ਦੇਖੋ ਅਸੀਂ ਹੁਣ ਅਕੋਰਡਿੰਗ ਟੂ ਡਿਪੈਂਡਸ ਕਰਦਾ ਪਾਰਟਸ ਹੁਣ ਜਿਵੇਂ ਹੁਣ ਸਪੋਜ਼ ਦੈਟ ਤੁਸੀਂ ਸਟੀਅਰਿੰਗ ਕਰਾਉਣਾ ਤਾਂ ਥੋੜਾ ਘੰਟੇ 1.5 ਘੰਟੇ ਦਾ ਟਾਈਮ ਜੇ ਤੁਸੀਂ ਪੂਰੀ ਕਾਰ ਕਰਾਉਣੀ ਹੈ 1 day ਔਰ ਮੋਰ ਵੀ ਲੱਗ ਜਾਂਦਾ ਹੈ ਬੇਸਿਕ ਸਾਡਾ ਇਹ ਪ੍ਰੋਸੀਜਰ ਨਹੀਂ ਹੈ ਕਿ ਅਸੀਂ ਫਾਸਟ ਕੀਤਾ ਤੇ ਕਸਟਮਰ ਨੂੰ ਤੋੜਨ ਦੀ ਗੱਲ ਕੀਤੀ ਤਾਂ ਫਾਰ ਨਵੇੜਨਾ ਨਹੀਂ ਆਪਾਂ ਤਸੱਲੀ ਨਾਲ ਕੰਮ ਹੁੰਦਾ ਸੈਟੀਸਫੈਕਸ਼ਨ ਲੈਵਲ ਤੁਸੀਂ ਸਾਡੇ ਬਾਰੇ ਬੇਸਿਕ ਵੈਸੇ ਵੀ ਤੁਸੀਂ ਪਤਾ ਕਰਾ ਲਿਓ ਕਿ ਸਾਡੇ ਬਾਰੇ ਸੈਟੀਸਫੈਕਸ਼ਨ ਲੈਵਲ ਅਸੀਂ ਕੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਮੀਸ਼ੋਰ ਵੀ ਬਾਈ ਹੁਣੀ ਜੇ ਤੁਹਾਡੇ ਕੋਲ ਆ ਰਹੇ ਤਾਂ ਪਤਾ ਲੱਗ ਹੀ ਰਿਹਾ ਸੀ ਸੋ ਇਹ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਵੀਰੇ ਹੁਣੀ ਬਹੁਤ ਵਧੀਆ ਸੈਟੀਸਫਾਈਡ ਕੰਮ ਕਰਦੇ ਨੇ ਤੇ ਇਹਨਾਂ ਦੇ ਗੂਗਲ ਤੇ ਵੀ ਮੈਂ ਚੈੱਕ ਕੀਤੇ ਸੀ 5-star ਰੇਟਿੰਗ ਇਹਨਾਂ ਦੀ ਚੱਲਦੀ ਪਈ ਗੂਗਲ ਤੇ ਵੀ ਸੋ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਰੇ ਉਹਨਾਂ ਨੂੰ ਥੱਲੇ ਮੈਂ ਨੰਬਰ ਪ੍ਰੋਵਾਈਡ ਕਰਦਾ ਪਿਆ ਨਾਲ ਤੁਹਾਨੂੰ ਐਡਰੈਸ ਵੀ ਕਰ ਦੂੰਗਾ ਤੇ ਇੰਟੀਰੀਅਰ ਸੇਵ ਕਰਾਓ ਕਿਉਂਕਿ PPF ਆਪਾਂ ਬਾਹਰੋਂ ਤਾਂ ਕਰਾ ਲੈਨੇ ਪਰ ਇੰਟੀਰੀਅਰ ਜਿਵੇਂ ਜਵਾਕ ਨੇ ਸਕ੍ਰੈਚਸ ਵਗੈਰਾ ਮਾਰ ਦਿੰਦੇ ਨੇ ਹੋਰ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਇਹਦੇ ਕਰਕੇ ਸੋ ਬਿਲਕੁਲ ਨਵਾਂ ਰੂਗਾ ਇੰਟੀਰੀਅਰ ਟੇਪਿੰਗ ਜੇ ਖਰਾਬ ਹੁੰਦੀ ਵੀ ਆਪਾਂ ਉਹਨੂੰ ਉਤਾਰ ਕੇ ਦੁਬਾਰਾ ਲਗਾ ਸਕਦੇ ਹਾਂ ਵੈਸੇ ਵੀਰੇ ਜਿਹੜੀ ਆਪਾਂ ਟੇਪਿੰਗ ਕਰਦੇ ਹਾਂ ਉਹਦਾ ਆਪਾਂ ਨੂੰ ਕੀ ਕਿੰਨੀ ਕੁ ਦੇਰ ਦੀ ਗਰੰਟੀ ਹੁੰਦੀ ਜਾਂ ਕਿੰਨੀ ਦੇਰ ਆਪਾਂ ਉਹਨੂੰ ਸਟੇਬਲ ਰਹਿੰਦੀ ਉਹ ਚੀਜ਼ ਫੇਡ ਹੋ ਜਾਂ ਕੁਝ ਪ੍ਰੋਬਲਮ ਹੀ ਨਹੀਂ ਆਦੀ ਦੇਖੋ ਡਿਪੈਂਡ ਕਰਦਾ ਆਪਾਂ ਕੋਈ ਵੀ ਚੀਜ਼ ਲੈਨੇ ਆ ਇੱਕ ਉਹਦੀ ਆਪਣੀ ਲਾਈਫ ਹੁੰਦੀ ਹੈ ਬੇਸਿਕ ਹੁਣ ਸਾਡੇ ਵੱਲੋਂ ਤਾਂ ਕਦੇ ਪ੍ਰੋਬਲਮ ਹੀ ਨਹੀਂ ਆਣੀ ਮੈਂ ਤਾਂ ਇਹ ਗੱਲ ਕਰਨਾ ਅਸੀਂ ਜੇ ਸਪੋਜ਼ ਜਿਹੜਾ ਅਸੀਂ ਆਉਂਦੀ ਵੀ ਆ ਤਾਂ ਅਸੀਂ ਉਹਦੀ ਇਹ ਨਹੀਂ ਕਵਾਂਗੇ ਕਿ ਸਰ ਕਿਉਂ ਆਈ ਬੇਸਿਕ ਪ੍ਰੋਬਲਮ ਆਣੀ ਨਹੀਂ ਲੇਕਿਨ ਕਿੰਨੀ ਵਾਰੀ ਕਸਟਮਰ ਸੋਚਦਾ ਕਿ ਹੁਣ ਪ੍ਰੋਬਲਮ ਹੀ ਨਹੀਂ ਆ ਰਹੀ ਆਪਾਂ ਉਤਾਰੀਏ ਵੀ ਨਾ ਲੇਕਿਨ ਮੈਂ ਇਹ ਗੱਲ ਗਾਈਡੈਂਸ ਨਹੀਂ ਦੇਵਾਂਗਾ ਕਿ ਪ੍ਰੋਬਲਮ ਉਹਨੂੰ ਟੇਪ ਨੂੰ ਨਹੀਂ ਉਤਾਰਨੀ ਚਾਹੀਦੀ ਤੁਸੀਂ 2-3 ਸਾਲ ਬਾਅਦ ਉਤਾਰ ਲਓ ਬੇਸਿਕ ਉਹਦੀ ਲਾਈਫ 5 ਸਾਲ ਤੋਂ ਅਬਵ ਹੈ ਲੇਕਿਨ ਹੁਣ ਉਹ ਹੁੰਦਾ ਹੀ ਨਹੀਂ ਉਹਨੂੰ ਫਿਰ 5 ਸਾਲ ਤੋਂ ਬਾਅਦ ਵੀ ਤੁਸੀਂ ਇਹ ਦੇਖੋਗੇ ਕਿ ਸੇਮ ਐਜ਼ ਇਟ ਇਜ਼ ਪਈ ਹੈ ਲੇਕਿਨ ਉਹਨੂੰ ਇੰਨੀ ਦੇਰ ਵੀ ਨਹੀਂ ਛੱਡਣਾ ਚਾਹੀਦਾ ਤਾਂ ਕਿ ਬੇਸਿਕ ਨਾਲ ਬੇਸ ਤਾਂ ਉਹਦੀ ਜ਼ਿਆਦਾ ਗ੍ਰਿਪਿੰਗ ਹੋਵੇ ਤੁਸੀਂ 3 ਸਾਲ 3.5 ਸਾਲ 4 ਸਾਲ ਬਾਅਦ ਆਪਾਂ ਜੇ ਕੋਈ ਵੀ ਚੀਜ਼ ਤੁਸੀਂ ਵੈਸੇ ਵੀ ਆਪਾਂ ਕੋਈ ਵੀ ਚੀਜ਼ ਲੈਣੇ ਆ ਤਾਂ ਉਹਨੂੰ ਚੇਂਜ ਕਰ ਲੈਂਦੇ ਜਿਵੇਂ ਸਕਰੀਨ ਗਾਰਡ ਵੀ ਟੁੱਟੇ ਪਿਆ ਰਵੇ ਉਹਵੇ ਚਿਪਕ ਜ਼ਿਆਦਾ ਜਾਂਦਾ ਜਦੋਂ ਉਤਾਰਨਾ ਹੋਵੇ ਨਾ ਉਹ ਦਿੱਕਤ ਹੁੰਦੀ ਸਕਰੀਨ ਟੁੱਟਣ ਦਾ ਡਰ ਹੁੰਦਾ ਜੀ ਸੋ ਉਹੀ ਚੀਜ਼ ਸਕਰੀਨ ਗਾਰਡ ਦੇ ਵਿੱਚ ਹੋ ਜਾਂਦੀ ਹੈ ਤੇ ਲੈਮੀਨੇਸ਼ਨ ਦੇ ਵਿੱਚ ਹੋ ਜਾਂਦੀ ਆ ਹੋਰ ਵੀ ਆਪਣੇ ਕੋਲ ਕੀ ਹੈਗੀਆਂ ਨੇ ਚੀਜ਼ਾਂ ਆਪਾਂ ਸਰ ਆਪਣੇ ਕੋਲ ਜਿਵੇਂ ਪਰਫਿਊਮ ਦਾ ਵਗੈਰਾ ਹੁਣ ਤੁਹਾਨੂੰ ਦੱਸਿਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਤੁਸੀਂ ਕੋਈ ਵੀ ਚੀਜ਼ ਜਿਵੇਂ ਤੁਸੀਂ ਨੇਮ ਪਲੇਟਸ ਵਗੈਰਾ ਬਣਾਉਣੀ ਹੋਵੇ ਤੁਹਾਨੂੰ ਉਹਦੀ ਫੋਟੋਆਂ ਸ਼ੇਅਰ ਕਰ ਦੇਣਗੇ ਭਾਜੀ ਵੀਡੀਓ ਸ਼ੇਅਰ ਕਰ ਦੇਣਗੇ ਆਪਾਂ ਨੇਮ ਪਲੇਟ ਦੇ ਵਿੱਚ ਤੁਸੀਂ ਜੋ ਵੀ ਵਟੇਵਰ ਤੁਸੀਂ ਸਟੀਲ ਨੇਮ ਪਲੇਟ ਲੈਣੀ ਹੈ ਐਕ੍ਰੈਲਿਕ ਨੇਮ ਪਲੇਟ ਲੈਣੀ ਹੈ ਲਾਈਟ ਨੇਮ ਪਲੇਟ ਲੈਣੀ ਹੈ ਲਾਈਟ ਵਾਲੀ ਜਿਵੇਂ ਲਾਈਟ ਵਾਲੀ ਆਪਾਂ ਬਣਾਉਨੇ ਆ ਠੀਕ ਹੈ ਉਸ ਤੋਂ ਬਾਅਦ ਬੇਸਿਕ ਨੇਮ ਪਲੇਟ ਲੈਣੀ ਹੈ ਜਾਂ ਤੁਸੀਂ ਆਫੀਸ਼ੀਅਲ ਨੇਮ ਪਲੇਟ ਲੈਣੀ ਹੈ ਕੋਈ ਵੀ ਤੁਸੀਂ ਜਿਵੇਂ ਅੱਜ ਕੱਲ GST ਨੰਬਰ ਵਗੈਰਾ ਰਿਕੁਆਇਰਡ ਹੈ ਤੁਸੀਂ ਆਫਿਸ ਤੋਂ ਬਾਅਦ GST ਨੰਬਰ ਲਗਾਉਣ ਵਾਸਤੇ ਤੇ ਜਾਂ ਤੁਸੀਂ ਪੰਜਾਬੀ 'ਚ ਕੋਈ ਵੀ ਪਲੇਟ ਬਣਾਉਣੀ ਹੈ ਬੇਸਿਕ ਪੰਜਾਬੀਆਂ ਦੇ ਵਿੱਚ ਵੀ ਜਿਵੇਂ ਕੁਝ ਵੀ ਲਿਖਾਉਣਾ ਹੋਵੇ ਤੁਸੀਂ ਅਸੀਂ ਉਹ ਵੀ ਕਰ ਦਿੰਦੇ ਹਾਂ ਜਿਵੇਂ ਆਪਾਂ ਹੁਣ ਘਰ ਦੇ ਫਿਲਮ ਲਾਉਂਦੇ ਹਾਂ ਸਾਡੇ ਕੋਲ ਤੁਸੀਂ ਕੋਈ ਵੀ ਫਿਲਮ ਘਰ ਦੀ ਸ਼ੇਡ ਦੇ ਵਿੱਚ ਲੈ ਸਕਦੇ ਹੋ ਜਿਵੇਂ ਬਰਾਊਨ ਸ਼ੇਡ ਬਲੈਕ ਸ਼ੇਡ ਡਾਰਕ ਲਾਈਟ ਜਿੱਦਾਂ ਦਾ ਅਵੇਲੇਬਲ ਮਤਲਬ ਸ਼ੀਟਸ ਹੁੰਦੀਆਂ ਨੇ ਉਸ ਹਿਸਾਬ ਨਾਲ ਤੁਸੀਂ ਜਿਹੜੀ ਤੁਹਾਡੀ ਚੋਇਸ ਹੋਏਗੀ ਆਪਾਂ ਉਹ ਤੁਹਾਨੂੰ ਸੈਟੀਸਫਾਈ ਕਰਾ ਕੇ ਉਹ ਕੰਮ ਆਪਾਂ ਕਰਦੇ ਹਾਂ ਮਤਲਬ ਕਿ ਲੈਮੀਨੇਸ਼ਨ 'ਚ ਆਪਾਂ ਕੁਝ ਵੀ ਕਰਾਉਣਾ ਹੋਵੇ ਆਪਾਂ ਸਾਰੇ ਤੇ ਵਰਕ ਕਰਦੇ ਹਾਂ ਜੀ ਜੀ ਓਕੇ ਓਕੇ ਸੋ ਵੀਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਹੋਪ ਕਰਦਾ ਮੈਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਅੱਜ ਦਾ ਵਲੌਗ ਤੇ ਮਿਲਦੇ ਇੱਕ ਨਵੇਂ ਵਲੌਗ ਦੇ ਨਾਲ